ਪਰਮ ਸਤਕਾਰਯੋਗ ਸਾਧ ਸੰਗਤ ਜੀ ਮਨਵੀਰਤੀ ਇੱਕ ਆਗਰ ਕਰ ਲਈ ਹੈ ਤੇ ਆਖੀ ਹੈ ਤਾਂਸੀ ਦੀ ਸਤਗੁਰੂ ਰਾਮ ਸਿੰਘ ਜੀ ਤਾਂਸੀ ਸਾਗੂ ਪ੍ਰਤਾਪ ਸਿੰਘ ਜੀ ਤਾਂਸੀ ਦੀ ਸਤਗੁਰੂ ਜਗਜੀਤ ਸਿੰਘ ਜੀ ਤਾਂਸੀ ਦੀ ਸਤਗੁਰੂ ਉਦੇ ਸਿੰਘ ਜੀ ਸਾਧ ਸੰਗਤ ਜੀ ਸਾਖੀ ਦਾ ਸਿਰ ਲੇਖ ਹੈ ਸਾਗੂ ਪ੍ਰਤਾਪ ਸਿੰਘ ਜੀ ਨੇ ਪ੍ਰਤੱਖ ਦਰਸ਼ਨ ਕਰਵਾਏ 1932 ਈਸਵੀ ਵਿਸ਼ਰੀਪੇਣੀ ਸੇ ਵਾਣ ਤੋਂ ਬਾਅਦ ਇੱਕ ਦਿਨ ਸਾਗੂ ਪ੍ਰਤਾਪ ਸਿੰਘ ਜੀ ਨੇ ਸੰਤ ਵਰਿਆਮ ਸਿੰਘ ਮੁਸਵਰ ਜੀ ਨੂੰ ਹੁਕਮ ਕੀਤਾ ਕਿ ਸਾਗੂ ਰਾਮ ਸਿੰਘ ਜੀ ਦੀ ਤਸਵੀਰ ਬਣਾਓ ਹੁਕਮ ਦੀ ਪਾਲਣਾ ਕਰਨ ਲਈ ਸੰਤਾ ਨੇ ਇੱਕ ਤਸਵੀਰ ਬਣਾਈ ਪਰੰਤੂ ਸਾਗੂ ਪ੍ਰਤਾਪ ਸਿੰਘ ਜੀ ਨੇ ਨਾ ਮਨਜ਼ੂਰ ਕਰ ਦਿੱਤੀ ਸੰਤਾ ਨੇ ਫਿਰ ਤਸਵੀਰ ਬਣਾਈ ਤੇ ਉਹ ਵੀ ਅਪਰਵਾਨ ਹੋਈ ਇਸ ਪ੍ਰਕਾਰ ਅਨੇਕਾਂ ਵਾਰੀ ਸੰਤਾਨੀ ਤਸਵੀਰ ਬਣਾਈ ਪਰ ਸਾਧੂ ਪ੍ਰਤਾਪ ਸਿੰਘ ਜੀ ਨੂੰ ਪਸੰਦੀ ਨਾ ਆਈ ਸਾਧੂ ਪ੍ਰਤਾਪ ਸਿੰਘ ਜੀ ਨੇ ਮੁਸਵਰ ਜੀ ਨੂੰ ਕਿਹਾ ਤੁਸੀਂ ਰਾਤ ਨੂੰ ਸਣੀਕੇ ਸ਼ਿਸ਼ਣਾਨ ਕਰਕੇ ਅਰਦਾਸਾ ਕਰਕੇ ਬਿਰਾਜਿਓ ਮੁਸਵਰ ਜੀ ਨੇ ਐਸਾ ਹੀ ਕੀਤਾ ਤਾਂ ਅੱਧੀ ਰਾਤ ਬੀਤਣ ਸਮੇ ਮੁਸਵਰ ਜੀ ਦੇ ਦਸਣ ਅਨੁਸਾਰ ਉਹਨਾਂ ਦਾ ਸਾਰਾ ਕਮਰਾ ਅਦੁੱਤੀ ਪ੍ਰਕਾਸ਼ ਨਾਲ ਹੀ ਭਰ ਗਿਆ ਇਸ ਤਰ੍ਹਾਂ ਜਾਪਦਾ ਸੀ ਕਿ ਮਾਨੋ ਹਜ਼ਾਰਾਂ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਗਿਆ ਹੋਵੇ অতি ਨੂਰਾਨੀ ਪ੍ਰਕਾਸ਼ ਨੇ ਵਿਚਾਰ ਚੌਂਕੜੀ ਮਾਰੀ ਸਾਧਗੁਰੂ ਰਾਮ ਸਿੰਘ ਜੀ ਦੇ ਆਸਨ ਤੇ ਬੈਠਿਆਂ ਦੇ ਦਰਸ਼ਨ ਹੋਏ ਹੂਣੋਂ ਨੂਰਾਨੀ ਸੂਰਤ ਸੰਤਾ ਨੇ ਆਪਣੇ ਮਾਨਵੀ ਚ ਵਸਾ ਲਈ ਛੇਤੀ ਸਾਧਗੁਰੂ ਰਾਮ ਸਿੰਘ ਜੀ ਅਲੋਪ ਹੋ ਗਏ ਅਤੇ ਕਮਰੇ ਵਿੱਚ ਪਹਿਲਾ ਵਾਂਗ ਹੀ ਹਨੇਰਾ ਹੋ ਗਿਆ ਸਵੇਰ ਸਮੇਂ ਆਮ ਵਾਂਗ ਮੁਸਵਰ ਜੀ ਉੱਠੇ ਅਤੇ ਨਿਤਧਿ ਕੀਰਿਆ ਸਾਧ ਕੇ ਫਿਰ ਸਾਗੂ ਰਾਮ ਸਿੰਘ ਜੀ ਦੀ ਤਸਵੀਰ ਬਣਾਉਣ ਲੱਗੇ ਜਿਵੇਂ ਰਾਤੀ ਦਰਸ਼ਨ ਕੀਤੇ ਸਨ ਉਹ ਜਿਹੇ ਨੈਣ نقشਾ ਦਾ ਆਕਾਰ ਉਲਿਖਿਆ ਅਤੇ ਫਿਰ ਸਾਗੂ ਪ੍ਰਤਾਪ ਸਿੰਘ ਜੀ ਨੂੰ ਵਿਖਾਣ ਲੱਗੇ ਸਾਗੂ ਪ੍ਰਤਾਪ ਸਿੰਘ ਜੀ ਨੇ ਤਸਵੀਰ ਦੇਖੀ ਤਾ ਕੁਝ ਪਸੰਦ ਕੀਤੀ ਅਤੇ ਫਿਰ ਮੁਸਵਰ ਜੀ ਕੋਲੋਂ ਪੈਨਸਲ ਲੈ ਕੇ ਤਸਵੀਰ ਤੇ ਕੁਝ ਆਪ ਸਾਗੂ ਪ੍ਰਤਾਪ ਸਿੰਘ ਜੀ ਨੇ ਸਦਾਈ ਕੀਤੀ ਫਿਰ ਮੁਸਵਰ ਜੀ ਨੂੰ ਕਿਹਾ ਕਿ ਇਸ ਵਿੱਚ ਹੁਣ ਰੰਗ ਭਰੋ ਇਸ ਪ੍ਰਕਾਰ ਸਾਗੂ ਪ੍ਰਤਾਪ ਸਿੰਘ ਜੀ ਦੀ ਨਿਗਰਾਨੀ ਹੇਠ ਨਾਮਧਾਰੀ ਇਤਿਹਾਸ ਦੀਆਂ ਤਸਵੀਰਾਂ ਉਲਿਖਣ ਦਾ سلسلہ ਸ਼ੁਰੂ ਹੋ ਗਿਆ ਉਹਨਾਂ ਦੇ ਸਵਰਗਵਾਸ ਹੋਣ ਤੱਕ ਬਾਦਸਤੂਰ ਜਾਰੀ ਰਿਹਾ